ਇੱਕ ਤਾਂ ਕਹਿੰਦੇ ਮਿੱਤਰੋ ਜੱਗ ਬੀਤੀ ਹੁੰਦੀ ਹੈ, ਇੱਕ ਹੱਡ ਬੀਤੀ ਹੁੰਦੀ ਹੈ। ਕਈ ਗੀਤਕਾਰ ਬੜੇ ਮਹਾਨ ਮਹਾਨ ਹੋਏ ਨੇ, ਕਈਆਂ ਨੇ ਤਾਂ ਜੱਗ ਬੀਤੀ ਲਿਖੀ ਹੈ ਅਤੇ ਕਈਆਂ ਦੀ ਹੱਡ ਬੀਤੀ ਹੁੰਦੀ ਹੈ। ਜਿਹੜੀ ਇਹ ਬੀਤੀ ਹੈ, ਸਾਡਾ ਪਿਆਰਾ ਵੀਰ ਗੁਰਨਾਮ ਗਾਮਾ ਜਿਹਦੇ ਐਤਕੀ ਮੈਂ ਕਾਫੀ ਗੀਤ ਗਾਏ ਨੇ, ਸੁਣਨ ਵਾਲੀ ਗੱਲ ਹੈ ਮਿੱਤਰੋ, ਉਹਦੇ ਮੈਂ ਘਰ ਜਾਣਾ ਸੀ ਕੁਦਰਤੀ, ਕੋਈ ਕੰਮ ਕਰਕੇ ਜਾਂ ਜ਼ਰੂਰੀ ਕੰਮ ਕਰਕੇ ਪ੍ਰੋਬਲਮ ਕਰਕੇ ਮੈਂ ਨਾਲ ਗੁਆਂਢ ਤੋਂ ਮੁੜਿਆ ਆ। ਉਹ ਵੀ ਆਪਣਾ ਸੱਜਣ ਵੇਲੀ ਸੀ, ਉਹਦੇ ਦੁੱਖ 'ਚ ਮੇਰੇ ਪਿਆਰੇ ਨੇ ਗੀਤ ਲਿਖਿਆ, ਉਹ ਗੀਤਕਾਰ ਹੀ ਬਣ ਗਿਆ। ਮੈਂ ਤਾਂ ਕਹਿੰਦਾ ਦੋ ਚਾਰ ਵਾਰੀ ਅੰਗਰੇਜ਼ ਫੇਰ ਮੁੜਿਆ ਉਹ ਸਾਰੇ, ਕਿਉਂ ਜੇ ਕਲਾਕਾਰ ਉੱਥੋਂ ਮੁੜੂ ਤਾਂ ਗੀਤ ਹੀ ਮਿਲੂ। ਹਾਂ, ਬੜਾ ਪਿਆਰਾ ਗੀਤ ਹੈ, ਕੀ ਲਿਖਿਆ ਪਹਿਲਾਂ ਉਹਨੇ ਸ਼ਬਦ ਲਿਖੇ ਜਦੋਂ, ਕਹਿੰਦਾ ਪਤਾ ਲੱਗਿਆ ਉਹ ਸਾਡੇ ਪਿੰਡ ਆਏ ਨੇ, ਕਿਉਂ ਮਿੱਤਰ ਪਿਆਰੇ ਦੀ ਵੇਟ ਹੁੰਦੀ ਵੀ ਆਪਣੇ ਪਿੰਡ ਆਏ ਤੇ ਮਿੱਤਰ ਯਾਰ ਆਪਣਾ ਵਿਹਲੀ ਆਪਣੇ ਘਰੇ ਵੀ ਹੋ ਕੇ ਜਾਊ। ਕਹਿੰਦਾ ਪਤਾ ਲੱਗਿਆ ਉਹ ਸਾਡੇ ਪਿੰਡ ਆਏ ਨੇ, ਘਰ ਆਉਣਗੇ ਜ਼ਰੂਰ, ਭਾਵੇਂ ਉਹ ਬਿੰਦ ਆਏ ਨੇ, ਕਿਹੜੇ ਜਿਹੜੇ ਲਾਏ ਸੀ ਕਿ ਆਪੇ ਅਸੀਂ ਦਿਲ ਨੂੰ ਉਹ ਹੰਝੂਆਂ ਦੇ ਰਾਹ ਰੁੜ ਗਏ, ਉਹ ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜ ਕੇ ਤੇ ਸੱਜਣ ਗਵਾਂਢੋ ਮੁੜ ਗਏ। ਬੜੀ ਸੁਣਨ ਵਾਲੀ ਗੱਲ, ਪਰ ਫਿਰ ਕੀ ਲਿਖਿਆ, ਪਾ ਕੇ ਮਿੱਠਾ ਦੁੱਧ। ਜਦੋਂ ਕੋਈ ਗੈਸਟ ਕੋਈ ਆਪਣਾ ਮਹਿਮਾਨ ਆਇਆ ਹੋਵੇ ਤਾਂ ਜੇ ਦੁੱਧ ਕਾਢ ਕੇ ਪਿਆ ਦੇ ਨਾ ਮਿੱਤਰੋ, ਖੁਸ਼ੀ ਹੁੰਦੀ ਆ ਵੀ ਆਪਣੇ ਘਰੇ ਕੋਈ ਮਹਿਮਾਨ ਆਊਗਾ ਤੇ ਬੜੇ ਬੜੇ ਅਗਲਾ ਜਿੰਨੀ ਕੁ ਸ਼ਰਧਾ ਯੋਗ ਹੁੰਦਾ, ਜਿੰਨਾ ਕੁ ਘਰ ਹੁੰਦਾ, ਉਹ ਬੰਦਾ ਮਹਿਮਾਨ ਲਈ ਮਹਿਮਾਨ ਨਵਾਜੀ ਕਰਦਾ। ਲਿਖਿਆ, ਪਾ ਕੇ ਮਿੱਠਾ ਦੁੱਧ ਰੱਖਿਆ ਸੀ ਕਾਢ ਕੇ ਉਹ ਸੱਜਣ ਗਵਾਂਢੋਂ ਮੁੜ ਗਏ, ਅਸੀਂ ਚਾਦਰਾਂ ਵਿਛਾਉਂਦੇ ਰਹੇ ਝਾੜ ਕੇ। ਜਰਾ ਗੌਰ ਹਾਂ,